ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਰਿਆਂ ਦਾ ਮੇਰੇ ਇਸ ਚੈਨਲ 'ਤੇ ਬਹੁਤ ਬਹੁਤ ਸਵਾਗਤ ਹੈ, ਪੰਜਾਬੀ ਆਰ ਪ੍ਰਾਈਡ, ਜਿੱਥੋਂ ਦੀ ਤੁਹਾਨੂੰ ਗੁਰਮਤਿ ਦੇ ਰਿਲੇਟਿਡ ਸਾਰੇ ਕੰਪੀਟੀਸ਼ਨਸ ਦਾ ਪਤਾ ਲੱਗਦਾ ਜੀ। ਅੱਜ ਇੱਕ ਵਾਰ ਫਿਰ ਇੱਕ ਨਵੇਂ ਕੰਪੀਟੀਸ਼ਨ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਜੀ। ਇਸ ਵੀਡੀਓ 'ਚੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਤੁਹਾਨੂੰ ਇੱਕ ਪਲੈਟਫਾਰਮ ਮਿਲੇਗਾ ਆਪਣੇ ਆਪ ਨੂੰ ਐਕਸਪਲੋਰ ਕਰਨ ਦਾ। ਠੀਕ ਹੈ ਜੀ, ਆਓ ਦੇਖੀਏ ਅੱਜ ਦਾ ਨਵੇਂ ਕੰਪੀਟੀਸ਼ਨ ਦੀ ਡਿਟੇਲਸ। ਹਾਂਜੀ ਵਾਹਿਗੁਰੂ ਜੀ, ਇਹ ਹੈ ਆਓ ਬਣੀਏ ਗੁਰਸਿੱਖ ਪਿਆਰਾ, ਇੱਕ ਕੁਇਜ਼ ਸ਼ੋਅ ਹੈ ਜਿਹੜਾ ਕਿ ਚੜ੍ਹਦੀ ਕਲਾ ਟਾਈਮ ਟੀਵੀ 'ਤੇ ਹਰ ਐਤਵਾਰ ਨੂੰ ਸਵੇਰੇ 10:30 ਦਿਖਾਇਆ ਜਾਂਦਾ ਹੈ ਇੰਡੀਆ ਦੇ ਟਾਈਮ ਦੇ ਅਕੋਰਡਿੰਗਲੀ। ਇਸ ਕੁਇਜ਼ ਕੰਪੀਟੀਸ਼ਨ ਦੇ ਵਿੱਚ ਹਰਜਿੰਦਰ ਸਰ ਹਨ ਜਿਹੜੇ ਕਿ ਕੁਐਸ਼ਨਸ ਕਰਦੇ ਹੈ, ਨਾਲ ਇੱਕ ਹੋਰ ਸਰ ਹਨ ਜਿਹੜੇ ਕਿ ਆਡੀਅੰਸ ਨੂੰ ਕੁਐਸ਼ਨਸ ਕਰਦੇ ਹਨ। ਇਹਦੇ ਵਿੱਚ ਤੁਸੀਂ ਪਾਰਟੀਸੀਪੇਟ ਕਿਵੇਂ ਕਰ ਸਕਦੇ ਹੋ? ਸਭ ਤੋਂ ਪਹਿਲਾਂ ਤੁਸੀਂ ਇੱਕ ਐਂਟਰੈਂਸ ਟੈਸਟ ਕਲੀਅਰ ਕਰਨਾ ਹੁੰਦਾ ਹੈ ਜੀ। ਇਹ ਜਿਹੜਾ ਹੈ ਕੰਪੀਟੀਸ਼ਨ ਸਿਮਕੋ ਵੱਲੋਂ ਸਪੋਂਸਰ ਕੀਤਾ ਜਾਂਦਾ ਹੈ। ਇਸ ਕੰਪੀਟੀਸ਼ਨ ਦੇ ਵਿੱਚ ਜਿਹੜੇ ਬੱਚੇ ਐਂਟਰੈਂਸ ਟੈਸਟ ਕਲੀਅਰ ਕਰਕੇ ਫਾਈਨਲਸ ਪਹੁੰਚਦੇ ਹਨ, ਉਹ ਜਿਹੜੇ ਫਾਈਨਲਸ ਪਹੁੰਚ ਜਾਂਦੇ ਹਨ ਉਹਨਾਂ ਨੂੰ ਹੀ ਟੈਲੀਵਿਜ਼ਨ 'ਤੇ ਦਿਖਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਐਂਟਰੈਂਸ ਟੈਸਟ ਕਰਨਾ ਬਹੁਤ ਇੰਪੋਰਟੈਂਟ ਹੈ। ਐਂਟਰੈਂਸ ਟੈਸਟ ਕਲੀਅਰ ਕਰਨ ਵਾਸਤੇ ਤੁਹਾਨੂੰ ਕੁਝ ਸਿਲੇਬਸ ਦਿੱਤਾ ਜਾਂਦਾ ਹੈ, ਉਹਦੇ ਅਕੋਰਡਿੰਗਲੀ ਤੁਸੀਂ ਪ੍ਰਿਪੇਅਰ ਕਰਕੇ ਗੂਗਲ ਫੋਰਮਸ ਦੇ ਥਰੂ ਤੁਹਾਡਾ ਐਗਜ਼ਾਮ ਲਿਆ ਜਾਂਦਾ ਹੈ। ਉਸ ਤੋਂ ਬਾਅਦ ਤੁਸੀਂ ਅਗਰ ਫਾਈਨਲਿਸਟ ਵਿੱਚ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਵੀ ਟੀਵੀ 'ਤੇ ਆਉਣ ਦਾ ਮੌਕਾ ਮਿਲਦਾ ਹੈ, ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਜੀ। ਟੀਵੀ 'ਤੇ ਇੱਥੇ ਕੁਐਸ਼ਨਸ ਇਸ ਤਰੀਕੇ ਦੇ ਨਾਲ ਪੁੱਛੇ ਜਾਂਦੇ ਆ, ਉਹਦੇ ਹਿਸਾਬ ਨਾਲ ਤੁਹਾਨੂੰ ਸਿਲੇਬਸ ਪਹਿਲਾਂ ਹੀ ਦੇ ਦਿੱਤਾ ਜਾਂਦਾ, ਤੁਹਾਨੂੰ ਟਾਈਮ ਵੀ ਮਿਲਦਾ ਹੈ, ਤੁਸੀਂ ਅੱਛੀ ਤਰ੍ਹਾਂ ਪ੍ਰੈਪਰੇਸ਼ਨ ਕਰਕੇ ਤੁਸੀਂ ਫਿਰ ਆਪਣਾ ਐਗਜ਼ਾਮ ਦੇਣਾ ਹੁੰਦਾ ਹੈ। ਅਤੇ ਜਿਹੜੇ ਉਹਦੇ 'ਚ ਵਿਨਰਸ ਹੁੰਦੇ ਆ ਉਹਨਾਂ ਨੂੰ ਸਰਟੀਫਿਕੇਟਸ ਅਤੇ ਗਿਫਟ ਹੈਂਪਰਸ ਦਿੱਤੇ ਜਾਂਦੇ ਹਨ। ਇਹਦੇ 'ਚ ਕੋਈ ਏਜ ਲਿਮਿਟ ਨਹੀਂ ਹੈ, ਸਿਰਫ ਤੁਹਾਡੇ 'ਚ ਟੈਲੈਂਟ ਹੋਣਾ ਚਾਹੀਦਾ ਹੈ, ਮਿਹਨਤ ਕਰਨ ਵਾਲੇ ਹੋਣੇ ਚਾਹੀਦੇ ਹੋ ਤੁਸੀਂ, ਅਤੇ ਤੁਸੀਂ ਵੀ ਟੀਵੀ 'ਤੇ ਆ ਸਕਦੇ ਹੋ। ਜਿਵੇਂ ਕਿ ਸੈਂਟਰ 'ਚ ਮੈਮ ਹਨ, ਇਹ ਵੀ ਵੱਡੀ ਏਜ ਦੇ ਹੈਗੇ ਆ ਮੈਮ, ਇਹਨਾਂ ਨੂੰ ਵੀ ਗਿਫਟ ਹੈਂਪਰ ਮਿਲਿਆ, ਨਾਲ ਸਰਟੀਫਿਕੇਟ ਮਿਲਿਆ। ਅਤੇ ਇਹ ਲਾਸਟ ਵੀਕ ਟੀਵੀ 'ਤੇ ਆਏ ਸੀ, ਅਤੇ ਜਿਹੜੇ ਦੋਨੋਂ ਸਾਈਡਸ 'ਤੇ ਹਨ ਉਹ ਜਿਹੜੇ ਹੈ ਔਰਗਨਾਈਜ਼ਰਸ ਹਨ। ਅਤੇ ਤੁਸੀਂ ਦੇਖ ਸਕਦੇ ਹੋ ਜੀ, ਜਿਹੜੇ ਵੀ ਵਿਨਰਸ ਹੁੰਦੇ ਆ ਉਹਨਾਂ ਨੂੰ ਐਡਵਾਂਸ ਵਿੱਚ ਪਹਿਲਾਂ ਹੀ ਡਿਸਪੈਚ ਕਰ ਦਿੱਤੇ ਜਾਂਦੇ ਹਨ ਉਹਨਾਂ ਦੇ ਗਿਫਟਸ, ਤੁਸੀਂ ਦੇਖ ਸਕਦੇ ਹੋ। ਇੱਥੇ ਹੁਣ ਇੱਕ ਆਡੀਅੰਸ ਕੁਐਸ਼ਨ ਵੀ ਦਿੱਤਾ ਜਾਂਦਾ ਹੈ, ਜਿਵੇਂ ਪੂਰਾ ਐਪੀਸੋਡ ਚੱਲ ਰਿਹਾ ਹੁੰਦਾ ਉਹਦੇ ਵਿੱਚ ਇੱਕ ਬ੍ਰੇਕ ਆਉਂਦੀ ਹੈ, ਬ੍ਰੇਕ ਦੇ ਵਿੱਚ ਆਡੀਅੰਸ ਕੁਐਸ਼ਨ ਦਿੱਤਾ ਜਾਂਦਾ ਹੈ ਸਕਰੀਨ ਦੇ ਉੱਪਰ, ਜਿਹਦਾ ਜੋ ਜਲਦੀ ਤੋਂ ਜਲਦੀ ਫਸਟ ਜਵਾਬ ਦੇ ਦੇਣਗੇ ਉਹਨਾਂ ਨੂੰ ਵੀ ਟੀਵੀ 'ਤੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ ਵਾਈਲਡ ਕਾਰਡ ਐਂਟਰੀ ਦੇ ਥਰੂ। ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਗਿਫਟਸ ਵਗੈਰਾ ਵੀ ਭੇਜੇ ਜਾਂਦੇ ਹਨ, ਕੋਈ ਟੀ ਸ਼ਰਟ ਹੋ ਗਈ, ਕੋਈ ਬੁੱਕਸ ਹੋ ਗਈਆਂ, ਇੱਦਾਂ ਦੇ ਕੁਛ ਵੀ ਗਿਫਟ। ਇਹ ਔਰਗਨਾਈਜ਼ਰਸ ਦੀ ਮਰਜ਼ੀ ਹੈ ਉਹਨਾਂ ਨੇ ਕਦੋਂ ਕਿਸ ਟਾਈਮ ਕਿਸ ਨੂੰ ਦੇਣੇ ਹਨ, ਲੇਕਿਨ ਉਹਨਾਂ ਦਾ ਮੇਨ ਮੋਟਿਵ ਹੈ ਕਿ ਤੁਸੀਂ ਇਸ ਸ਼ੋਅ ਦੇ ਨਾਲ ਜੁੜੇ ਰਹੋ, ਵੱਧ ਤੋਂ ਵੱਧ ਪਾਰਟੀਸੀਪੇਟ ਕਰੋ। ਠੀਕ ਹੈ ਜੀ, ਤੁਸੀਂ ਦੇਖ ਸਕਦੇ ਹੋ ਯੂਟਿਊਬ 'ਤੇ ਵੀ ਇਹਨਾਂ ਦਾ ਇੱਕ ਚੈਨਲ ਹੈ ਆਓ ਬਣੀਏ ਗੁਰਸਿੱਖ ਪਿਆਰਾ, ਉਹਦੇ ਉੱਪਰ ਵੀ ਬਹੁਤ ਐਪੀਸੋਡਸ ਹਨ ਜਿਹੜੇ ਅਪਲੋਡ ਕੀਤੇ ਹੋਏ ਹਨ, ਤੁਸੀਂ ਉੱਥੋਂ ਵੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਸ਼ੋਅ ਕਿਸ ਤਰ੍ਹਾਂ ਦਾ ਹੋਏਗਾ। ਆਓ ਬਣੀਏ ਗੁਰਸਿੱਖ ਪਿਆਰਾ ਬਹੁਤ ਹੀ ਇੰਟਰਸਟਿੰਗ ਸ਼ੋਅ ਹੈ, ਇਹਦੇ 'ਚ ਅਗਰ ਤੁਸੀਂ ਪਾਰਟੀਸੀਪੇਟ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵੀ ਇੱਕ ਮੌਕਾ ਹੈ ਇਸ ਵਾਰ, ਗੋਲਡਨ ਓਪਰਚੁਨਿਟੀ ਟੂ ਕਮ ਔਨ ਟੀਵੀ। ਠੀਕ ਹੈ ਜੀ, ਤੁਹਾਨੂੰ ਗੋਲਡਨ ਓਪਰਚੁਨਿਟੀ ਮਿਲਦੀ ਹੈ ਕਿ ਤੁਸੀਂ ਵੀ ਟੀਵੀ 'ਤੇ ਆ ਸਕਦੇ ਹੋ। ਤੁਸੀਂ ਕਰਨਾ ਕੀ ਹੈ, ਸਿੰਪਲੀ ਆਪਣੇ ਪਲੇ ਸਟੋਰ ਤੋਂ ਆਓ ਬਣੀਏ ਗੁਰਸਿੱਖ ਪਿਆਰਾ ਐਪ ਡਾਊਨਲੋਡ ਕਰ ਲਓ। ਐਪ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਓਪਨ ਕਰੋਗੇ ਤੁਹਾਡੇ ਕੋਲ ਸਾਹਮਣੇ 4 ਆਪਸ਼ਨਸ ਹੋਣਗੇ, ਫੇਸਬੁੱਕ, ਇੰਸਟਾਗ੍ਰਾਮ, ਵੈਬਸਾਈਟ ਐਂਡ ਯੂਟਿਊਬ। ਠੀਕ ਹੈ ਜੀ, ਯੂਟਿਊਬ 'ਤੇ ਜਾ ਕੇ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖ ਸਕਦੇ ਹੋ ਸਾਰੀਆਂ, ਅਤੇ ਵੈਬਸਾਈਟ 'ਤੇ ਜਾ ਕੇ ਤੁਸੀਂ ਉੱਥੇ ਸਾਰਾ ਕੁਝ ਡਿਟੇਲਸ ਚੈੱਕ ਕਰ ਸਕਦੇ ਹੋ ਜੋ ਵੀ ਇਸ ਟਾਈਮ ਰੀਸੈਂਟਲੀ ਚੱਲ ਰਿਹਾ। ਜਿਵੇਂ ਹੁਣ ਪਹਿਲਾਂ ਇੱਕ ਐਸੇ ਕੰਪੀਟੀਸ਼ਨ ਹੋਇਆ ਸੀ, ਉਹਦਾ ਰਿਜ਼ਲਟ ਦਿਖਾਈ ਦੇ ਰਿਹਾ, ਉੱਥੇ ਐਸੇ ਰਿਜ਼ਲਟ ਲਿਖਿਆ ਹੋਇਆ। ਇੱਕ ਨਵਾਂ ਪੇਂਟਿੰਗ ਕੰਪੀਟੀਸ਼ਨ ਹੁਣੇ ਅੱਜ ਹੀ ਲਾਂਚ ਹੋਇਆ,
ਉਹਦੇ ਬਾਰੇ ਵੀ ਤੁਹਾਨੂੰ ਡਿਟੇਲਸ ਦੱਸਾਂਗੀ। ਉੱਥੇ ਵੈਬਸਾਈਟ 'ਤੇ ਹੀ ਸਾਰੀਆਂ ਡਿਟੇਲਸ ਜਿਹੜੀਆਂ ਹਨ ਉਹ ਸ਼ੋਅ ਕੀਤੀਆਂ ਹੋਈਆਂ ਹਨ, ਉਹਦੇ ਰਿਗਾਰਡਿੰਗ ਸਾਰੇ ਪੋਸਟਰ ਵੀ ਉੱਥੇ ਤੁਹਾਨੂੰ ਮਿਲਣਗੇ। ਤੁਹਾਨੂੰ ਕੁਛ ਵੀ ਚੀਜ਼ ਦੀ ਲੋੜ ਹੈ ਤੁਸੀਂ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ। ਅਤੇ ਤੁਸੀਂ ਅਗਰ ਟੀ ਵੀ 'ਤੇ ਆਉਣਾ ਚਾਹੁੰਦੇ ਹੋ ਤਾਂ ਇਹ ਇੱਕ ਲਿੰਕ ਦਿੱਤਾ ਹੋਇਆ, ਉਹ ਵੀ ਤੁਹਾਨੂੰ ਵੈਬਸਾਈਟ 'ਤੇ ਮਿਲੇਗਾ। ਤੁਸੀਂ ਸਿਰਫ ਐਪ ਡਾਊਨਲੋਡ ਕਰਨਾ, ਆਓ ਬਣੀਏ ਗੁਰਸਿੱਖ ਪਿਆਰਾ, ਉਹਨੂੰ ਓਪਨ ਕਰਕੇ ਵੈਬਸਾਈਟ 'ਤੇ ਕਲਿੱਕ ਕਰ ਦੇਣਾ। ਵੈਬਸਾਈਟ ਤੁਹਾਨੂੰ ਉੱਥੇ ਲੈ ਜਾਏਗੀ, ਤੁਹਾਨੂੰ ਸਾਰਾ ਕੁਛ ਇੰਟਰਫੇਸ ਸ਼ੋਅ ਕਰੇਗਾ। ਤੁਸੀਂ ਉੱਥੇ ਜਾ ਕੇ ਗੋਲਡਨ ਓਪਰਚੁਨਿਟੀ ਟੂ ਕਮ ਔਨ ਟੀ ਵੀ ਵਾਲਾ ਕਲਿੱਕ ਕਰਕੇ ਦੇਖਣਾ, ਉੱਥੇ ਲਿੰਕ ਗਿਵਨ ਹੋਏਗਾ। ਉਹ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀਆਂ ਡਿਟੇਲਸ ਫਿਲ ਕਰਨੀਆਂ, ਆਪਣਾ ਨੇਮ, ਸਿਟੀ, ਫੋਨ ਨੰਬਰ, ਈਮੇਲ ਆਈ ਡੀ, ਕੁਛ ਵੀ ਜੋ ਉੱਥੇ ਪੁੱਛਿਆ ਗਿਆ। ਅਤੇ ਤੁਹਾਨੂੰ ਵੀ ਉਹਨਾਂ ਵੱਲੋਂ ਕਾਲਸ ਆਉਣਗੀਆਂ ਜਾਂ ਫਿਰ ਤੁਹਾਨੂੰ ਉਹ ਗਰੁੱਪ ਦੇ ਵਿੱਚ ਐਡ ਕਰ ਲੈਣਗੇ। ਅਤੇ ਤੁਸੀਂ ਵੀ ਆਉਣ ਵਾਲੇ ਨਵੇਂ ਸੀਜ਼ਨ 25 ਦੇ ਵਿੱਚ ਐਂਟਰੈਂਸ ਟੈਸਟ ਦੇ ਸਕਦੇ ਹੋ। ਡੇਟ ਹੈ ਐਂਟਰੈਂਸ ਟੈਸਟ ਦੀ 29th ਅਗਸਤ। 29th ਅਗਸਤ ਨੂੰ ਸੀਜ਼ਨ 25 ਦਾ ਐਂਟਰੈਂਸ ਟੈਸਟ ਲਿਆ ਜਾਏਗਾ। ਇਸ ਕਰਕੇ ਜਿਹੜੇ ਇੰਟਰਸਟਿਡ ਹਨ ਤੁਸੀਂ ਕੋਸ਼ਿਸ਼ ਕਰੋ ਉੱਥੋਂ ਦੀ ਆਪਣਾ ਲਿੰਕ 'ਤੇ ਜੁਆਇਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੀ। ਹਾਂਜੀ, ਹੁਣ ਨੈਕਸਟ ਹੈ ਪੇਂਟਿੰਗ ਕੰਪੀਟੀਸ਼ਨ। ਆਓ ਬਣੀਏ ਗੁਰਸਿੱਖ ਪਿਆਰਾ ਗੁਰਮਤ ਕੁਇਜ਼ ਸ਼ੋਅ ਵੱਲੋਂ ਹੀ ਪੇਂਟਿੰਗ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ। ਇਹ ਪੇਂਟਿੰਗ ਕੰਪੀਟੀਸ਼ਨ ਦੇ ਵਿੱਚ ਪਹਿਲੀ ਗੱਲ ਕੋਈ ਵੀ ਏਜ ਲਿਮਿਟ ਨਹੀਂ ਹੈ। ਅਗਰ ਤੁਸੀਂ ਛੋਟੇ ਹੋ, ਵੱਡੇ ਹੋ, ਸੀਨੀਅਰ ਸਿਟੀਜ਼ਨ ਹੋ, ਨੋ ਪ੍ਰੋਬਲਮ। ਜਿੱਥੇ ਵੀ ਰਹਿੰਦੇ ਹੋ, ਫੋਰਨ ਚਾਹੇ ਇੰਡੀਆ, ਕੋਈ ਵੀ ਇੱਥੇ ਰੈਸਟ੍ਰਿਕਸ਼ਨ ਨਹੀਂ ਹੈ, ਠੀਕ ਹੈ ਜੀ। ਨੋ ਏਜ ਲਿਮਿਟ, ਤੁਸੀਂ ਆਰਾਮ ਨਾਲ ਵਧੀਆ ਤਰੀਕੇ ਦੇ ਨਾਲ ਇਹਦੇ 'ਚ ਪਾਰਟੀਸੀਪੇਟ ਕਰ ਸਕਦੇ ਹੋ। ਇਹਦੇ ਵਿੱਚ ਤੁਸੀਂ ਕੀ ਕਰਨਾ ਹੈ, ਆਪਣੀ ਪੇਂਟਿੰਗ ਪ੍ਰਿਪੇਅਰ ਕਰਨੀ ਹੈ। ਥੀਮ ਕੀ ਹੈ? ਗੁਰਬਾਣੀ। ਗੁਰਬਾਣੀ 'ਚੋਂ ਤੁਸੀਂ ਕੋਈ ਵੀ ਪੰਕਤੀ ਲਿਖ ਸਕਦੇ ਹੋ, ਕੁਛ ਵੀ ਡਰੋਅ ਕਰ ਸਕਦੇ ਹੋ। ਇਹ ਸਭ ਕੁਛ ਟੋਟਲੀ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਉਸਨੂੰ ਕਿੰਨਾ ਕਲਰਫੁੱਲ ਬਣਾਉਣਾ, ਸਿੰਪਲ ਲਿਖਣਾ, ਡੈਕੋਰੇਟ ਕਰਨਾ, ਸਭ ਕੁਛ ਟੋਟਲੀ ਤੁਹਾਡੇ 'ਤੇ ਡਿਪੈਂਡ ਕਰਦਾ। ਲੇਕਿਨ ਉਹਨਾਂ ਨੇ ਇਹ ਮੋਸਟ ਇੰਪੋਰਟੈਂਟ ਗੱਲ ਇਹ ਬੋਲੀ ਹੈ ਕਿ ਗੁਰਬਾਣੀ ਦੀ ਤੁੱਕ ਲਿਖਣੀ ਇੰਪੋਰਟੈਂਟ ਹੈ। ਗੁਰਬਾਣੀ ਦੀ ਤੁੱਕ ਲਿਖੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅਤੇ ਇਹ ਗੁਰਬਾਣੀ ਦੇ ਆਧਾਰ 'ਤੇ ਹੀ ਆਪਾਂ ਪੇਂਟਿੰਗ ਬਣਾਉਣੀ ਹੈ। ਇਹਦਾ ਪੋਸਟਰ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ। ਹੁਣ ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਕਿ ਅੱਜ 15 ਅਗਸਤ ਸੰਡੇ 10:30 ਜਿਹੜਾ ਸ਼ੋਅ ਆਇਆ ਸੀ ਉਹਦੇ ਵਿੱਚ ਆਡੀਅੰਸ ਕੁਐਸਚਨ ਸੀ, ਟੂ ਹੋਮ ਡਿਡ ਨੀਰਜ ਚੋਪੜਾ ਦ ਓਲੰਪਿਕ 2020 ਜੈਵਲੀਅਨ ਥਰੋ ਗੋਲਡ ਮੈਡਲਿਸਟ ਹੈਜ਼ ਡੈਡੀਕੇਟਿਡ ਹਿਜ਼ ਵਿਕਟਰੀ, ਠੀਕ ਹੈ ਜੀ। ਇਹਦਾ ਆਨਸਰ ਤੁਸੀਂ ਇੰਟਰਨੈਟ ਤੋਂ ਲੱਭ ਸਕਦੇ ਹੋ, ਨਿਊਜ਼ ਪੇਪਰ 'ਚੋਂ ਦੇਖ ਸਕਦੇ ਹੋ। ਅਤੇ ਇਹਦਾ ਆਨਸਰ ਲੱਭ ਕੇ ਤੁਸੀਂ ਵਟਸਐਪ ਕਰਨਾ ਹੈ ਦਿੱਤੇ ਹੋਏ ਨੰਬਰ 'ਤੇ 9968060466, ਠੀਕ ਹੈ ਜੀ। ਨਾਲ ਹੀ ਆਪਣਾ ਆਨਸਰ ਭੇਜਣਾ ਹੈ, ਆਪਣੀ ਫੋਟੋ ਅਤੇ ਆਪਣਾ ਸਿਟੀ ਦਾ ਨੇਮ ਭੇਜਣਾ ਹੈ, ਠੀਕ ਹੈ ਜੀ। ਜਿਨ੍ਹਾਂ ਦੇ ਮੈਕਸੀਮਮ ਕਰੈਕਟ ਆਨਸਰਸ ਹੋਣਗੇ ਉਹਨਾਂ ਨੂੰ ਆਓ ਬਣੀਏ ਗੁਰਸਿੱਖ ਪਿਆਰਾ ਦੀ ਟੀ ਸ਼ਰਟ ਦਿੱਤੀ ਜਾਏਗੀ। ਇੱਥੇ ਇਹ ਨਹੀਂ ਗਿਵਨ ਕਿ ਤੁਸੀਂ ਵਨ ਟਾਈਮ ਆਨਸਰ ਦਿਓਗੇ ਤਾਂ ਤੁਹਾਨੂੰ ਟੀ ਸ਼ਰਟ ਮਿਲ ਜਾਏਗੀ। ਨੋ, ਐਟਲੀਸਟ 12 ਤੋਂ 15 ਵਾਰ ਤੁਹਾਨੂੰ ਲਗਾਤਾਰ ਰਾਈਟ ਆਨਸਰਸ ਦੇਣੇ ਪੈਣਗੇ, ਤੁਹਾਨੂੰ ਟੀ ਸ਼ਰਟ ਮਿਲੇਗੀ। ਉਸ ਤੋਂ ਇਲਾਵਾ ਤੁਹਾਨੂੰ ਛੋਟੇ ਛੋਟੇ ਗਿਫਟਸ ਵੀ ਮਿਲ ਸਕਦੇ ਹੈ, ਲਾਈਕ ਕੋਈ ਬੁੱਕ ਮਿਲ ਸਕਦੀ ਹੈ, ਤੁਹਾਨੂੰ ਵਾਈਲਡ ਕਾਰਡ ਐਂਟਰੀ ਮਿਲ ਸਕਦੀ ਹੈ ਡਾਇਰੈਕਟ ਟੀ ਵੀ 'ਤੇ ਆਉਣ ਵਾਸਤੇ, ਠੀਕ ਹੈ ਜੀ। ਇਸ ਕਰਕੇ ਤੁਸੀਂ ਡੇਲੀ ਆਪਣੇ ਫੋਨ 'ਤੇ ਅਲਾਰਮ ਲਗਾ ਸਕਦੇ ਹੋ। ਹਰ ਐਤਵਾਰ ਨੂੰ 10:30 ਸਵੇਰੇ ਚੜ੍ਹਦੀ ਕਲਾ ਟਾਈਮ ਟੀ ਵੀ 'ਤੇ ਇਹ ਸ਼ੋਅ ਦਿਖਾਇਆ ਜਾਂਦਾ ਹੈ। ਉਹਦੇ ਵਿੱਚ ਹੀ ਬ੍ਰੇਕ ਵਿੱਚ ਆਡੀਅੰਸ ਕੁਐਸਚਨ ਵੀ ਦਿਖਾਇਆ ਜਾਂਦਾ ਹੈ, ਠੀਕ ਹੈ ਜੀ। ਹੁਣ ਪਿਛਲੇ ਹਫ਼ਤੇ ਜਿਨ੍ਹਾਂ ਨੇ ਕਰੈਕਟ ਆਨਸਰਸ ਦਿੱਤੇ ਸਨ ਉਹਨਾਂ ਦੀ ਇਹ ਫੋਟੋਜ਼ ਲਗਾਈਆਂ ਗਈਆਂ ਹਨ, ਤੁਸੀਂ ਦੇਖ ਸਕਦੇ ਹੋ ਜੀ। ਸਾਰਿਆਂ ਦੀ ਫੋਟੋਜ਼ ਨਾਲ ਸਾਰਿਆਂ ਦੇ ਨਾਮ ਅਤੇ ਉਹਨਾਂ ਦੀ ਸਿਟੀ ਦਾ ਨਾਮ ਦਿੱਤਾ ਗਿਆ ਹੈ। ਜਿਹੜਾ ਲਾਸਟ ਵੀਕ ਦਾ ਕੁਐਸਚਨ ਸੀ ਉਹਦਾ ਕਰੈਕਟ ਆਨਸਰ ਹੈ ਤਿਮਰ। ਭੱਟ ਬਲ ਜੀ ਦੇ ਸਵੱਈਏ ਵਿੱਚ ਆਏ ਤਿਮਰ ਸ਼ਬਦ ਦਾ ਅਰਥ ਹੈ ਅਗਿਆਨਤਾ ਦਾ ਹਨੇਰਾ। ਅਤੇ ਜਿਹੜੇ ਫਟਾਫਟ ਫਾਸਟ ਰਿਪਲਾਈ ਕਰਦੇ ਆ ਜਦੋਂ ਕੁਐਸਚਨ ਸਕਰੀਨ 'ਤੇ ਸ਼ੋਅ ਹੁੰਦਾ ਟੀ ਵੀ 'ਤੇ, ਨਾਲ ਹੀ ਅਗਰ ਤੁਸੀਂ ਆਨਸਰ ਸੈਂਡ ਕਰ ਦਿੰਦੇ ਹੋ ਐਂਡ ਅਗਰ ਤੁਹਾਡਾ ਆਨਸਰ ਕਰੈਕਟ ਹੁੰਦਾ ਤਾਂ ਤੁਹਾਡੀ ਫੋਟੋ ਜਿਹੜੀ ਹੈ ਪੋਸਟਰ 'ਤੇ ਲਗਾਈ ਜਾਂਦੀ ਹੈ। ਐਂਡ ਇਹ ਵਾਲਾ ਪੋਸਟਰ ਵੀ ਆਡੀਅੰਸ ਕੁਐਸਚਨ ਦੇ ਦਿਖਾਉਣ ਤੋਂ ਬਾਅਦ ਨਾਲ ਹੀ ਇਹ ਪੋਸਟਰ ਵੀ ਦਿਖਾਇਆ ਜਾਂਦਾ ਜਿਨ੍ਹਾਂ ਨੇ ਪਿਛਲੇ ਹਫ਼ਤੇ ਕਰੈਕਟ ਆਨਸਰਸ ਦਿੱਤੇ ਹਨ।
इस करके तुसी मैक्सिमम पार्टिसिपेट करो, इस कॉम्पीटिशन दे नाल जुड़े रहो, ते पंजाबी आर प्राइड चैनल नू सबसक्राइब करो, कमेंट करो, लाइक करो, ते वध तो वध वीडियो नू अग्गे भी शेयर करो। अगर तुसी वीडियो नू अग्गे भी शेयर करोगे तो हो सकता है कि जेड़े जेड़े तुसी वीडियो शेयर करन जा रहे हो वो भी तुहाड़े थैंकफुल होन, क्योंकि ये बहुत ही अच्छी बहुत ही सिक्ख्या देन वाली वीडियो है। प्लीज़ तुहानू सारियां नू रिक्वेस्ट है तुसी बैल आइकन ऑन कर दिओ ताकि जदों एक चैनल ते नवी वीडियो पोस्ट की जाएगी सब तो पहला तुहानू इहदा लिंक आ जाएगा। वाहिगुरू जी का खालसा, वाहिगुरू जी की फतेह।